ਕਬੱਡੀ ਦਾ ਉੱਭਰ ਦਾ ਕਮੈਂਟੇਟਰ ਸਾਡਾ ਵੀਰ ਤੇ ਨਾਲ ਰਿੰਕੂ ਹੁਣੀ ਦਾ ਵੀ ਭਰਾ ਅਰਦਾਸਾਂ ਨੇ, ਕਹਿੰਦੇ ਦੂਜੇ ਸੈਮੀ ਦੀ ਸ਼ੁਰੂਆਤ ਇਸ ਵੇਲੇ ਹੋ ਗਈ ਹੈ। ਇੱਕ ਪਾਸੇ ਮੁੰਡੇ ਚਲੇ ਗਏ ਹੈ ਕਹਿੰਦੇ ਚੱਕਾਂ ਵਾਲੇ, ਤੇ ਦੂਜੇ ਪਾਸੇ ਆ ਗਿਆ ਮੁੰਡਾ ਕਹਿੰਦੇ ਬੋਗੜੇ ਵਾਲਾ ਸ਼ਨੀ, ਇੱਕ ਤਕੜੇ ਜੱਫੇ ਦੇ ਵਿੱਚੋਂ ਨਿਕਲ ਕੇ ਭੱਜ ਗਿਆ। ਲਓ ਕਬੱਡੀ ਕਹਿੰਦੇ ਮੇਰੇ ਵੀਰੋ ਰਵੀ ਜੰਡਾ ਵਾਲੀ ਆ, ਇਸ ਵੇਲੇ ਪਾਉਂਦੜੀ ਪੜਿਆ ਹੋਇਆ ਹੈ, ਸੱਜੇ ਪੱਟ ਉੱਤੇ ਥਾਪੀ ਮਾਰ ਦਿੱਤੀ ਹੈ। ਹੁਣ ਤਿੰਨ ਜਾਫੀ ਚੱਕ ਰਾਮ ਸਿੰਘ ਵਾਲਾ ਪਿੰਡ ਹੈ। ਲੈ ਵੀ ਬਾਈ ਪਾਸੇ ਹੋ ਜਾਓ, ਪਾਸੇ ਹੋ ਜਾਓ, ਪਾਸੇ ਹੋ ਜਾਓ। ਆਹ ਬਠਿੰਡੇ ਵਾਲੇ ਭਿੜ ਪਏ ਹੈ, ਬਠਿੰਡੇ ਵਾਲਿਆਂ ਦੀ ਟੱਕਰ ਹੋ ਗਈ ਹੈ, ਪਰ ਜੰਡਾ ਵਾਲੀ ਆ ਖੁਸ਼ੀ ਉਂਗਲੀ ਖੜੀ ਕਰਦਾ ਵੀ ਪੁਆਇੰਟ ਮੇਰੇ ਹਿੱਸੇ ਹੈ, ਸਾਢੇ ਨੌ ਦਸ ਨੰਬਰਾਂ ਵਾਲਾ ਜੇਤੂ ਹੈ, ਮੱਖਣ ਪਿਰਸੀਆਂ ਵਾਲੇ ਦਾ ਸਨਮਾਨ ਕੀਤਾ ਗਿਆ ਹੈ। ਵੱਡੀ ਮੁਬਾਰਕਬਾਦ ਹੈ ਛੋਟੇ ਵੀਰ ਨੂੰ। ਲਓ ਸਾਹਮਣੇ ਖੇਡ ਗਰਾਊਂਡ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਆਹ ਮੁੰਡਾ ਕਹਿੰਦੇ ਜ਼ਿਲ੍ਹੇ ਸੰਗਰੂਰ ਦੇ ਬੋਗਰੇ ਪਿੰਡ ਤੋਂ ਆਇਆ, ਧੂਰੀ ਦੇ ਲਾਗੇ ਆਇਆ। ਹੋ ਸਾਹਮਣੇ ਕਬੱਡੀ ਪੈ ਗਈ ਹੈ, ਚੈੱਕ ਰਾਮ ਸਿੰਘ ਵਾਲੇ ਦੀ ਟੀਮ ਵੱਲੋਂ ਹਰਜੀਤ ਜੰਡਾ ਮਾਰ ਗਿਆ, ਨਾਲ ਬੁਲਟ ਜੰਡਾ ਮਾਰ ਗਿਆ। ਹੋ ਸਾਹਮਣੇ ਜੱਫਾ ਲੱਗ ਗਿਆ, ਪੁਆਇੰਟ ਜੰਡਾ ਵਾਲੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਅਗਲੀ ਰੇਡ ਪਾਉਣ ਦੇ ਲਈ ਗੱਭਰੂ ਫਿਰ ਤਿਆਰ ਪਰ ਤਿਆਰ ਹੈ। ਕਬੱਡੀ ਵਾਲੇ ਆਹ ਮੁੰਡੇ ਨੂੰ ਸਟਿੱਪਣੀ ਕਹਿੰਦੇ ਹੈ, ਉਹ ਖੁਸ਼ੀ ਜੰਡਾ ਵਾਲੀ ਹੈ ਕਬੱਡੀ ਪਾ ਰਿਹਾ। ਲੈ ਵੀ ਸੋਨੀ ਕਰ ਗੱਲ ਪੈਂਦੀ ਰੇਡ, ਆਹ ਸਾਹਮਣੇ ਜੰਡਾ ਵਾਲੀ ਹੈ ਕਹਿੰਦੇ ਖੁਸ਼ੀ, ਪਰ ਰਵੀ ਇਸ ਵੇਲੇ ਕਹਿੰਦੇ ਅਣ ਵੱਖਰਾ ਜਿਹਾ ਟੈਟੂ ਫੜਵਾਈ ਫਿਰਦਾ। ਲਓ ਆ ਇਹ ਸੁੱਖਾ ਤੇ ਕਹਿੰਦੇ ਘੁੱਲੇ ਵਰਗੇ, ਹੁਣ ਤਿੰਨ ਜਾਫੀ ਚੱਕਾਂ ਵਾਲੇ ਤਿਆਰ ਵਰ ਤਿਆਰ, ਪਰ ਮੁੰਡਾ ਕਹਿੰਦੇ ਬਾਟਾ ਵੜਦਾ ਤੁਰਿਆ ਜਾਂਦਾ ਅਗਲੀ ਰੇਡ ਪਾਉਣ ਦੇ ਵਾਸਤੇ। ਹੁਣ ਫਗੜਾ ਪਿੰਡ ਹੈ ਜਿਹੜੇ ਸੰਗਰੂਰ ਦੀ ਬੁੱਕਲ ਦੇ ਵਿੱਚ ਵਸਿਆ। ਲਓ ਸ਼ਨੀ ਮੁਗਲੇ ਵਾਲੇ ਨੇ ਧਾਰਾ ਮੇਰੇ ਵੀਰੋ ਬੋਲ ਦਿੱਤਾ, ਦੋ ਜਾਫੀ ਇੱਕ ਪਾਸੇ, ਕਹਿੰਦੇ ਮਿੱਟਿਆਂ ਵਾਲਾ ਬੁਲਟ ਲੱਗਿਆ ਹੋਇਆ ਹੈ। ਹੁਣ ਦੋਹਾਂ ਦੇ ਵਿੱਚੋਂ ਕੌਣ ਤੇ ਲਾਪਾਊ ਜੱਫਾ ਕੇ ਨਹੀਂ, ਪਰ ਗੱਲ ਸਮੇਂ ਦੀ ਹੁਣ ਖੁੱਚ ਪੱਟੀ ਗਈ ਹੈ ਵੀ ਕਬੱਡੀ ਵਿੱਚ ਔਖੀ ਹੁੰਦੀ ਖੁੱਚ ਪੱਟਣੀ ਤੇ ਔਖੀ ਹੁੰਦੀ ਲਾਉਣੀ ਢਾਕ। ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖੁਰਾਕ, ਮਿੱਤਰੋ ਮਿਹਨਤ ਕਰਨੀ ਪੈਂਦੀ ਹੈ। ਕਹਿੰਦੇ ਮਾੜੇ ਸਮਿਆਂ ਦੇ ਵਿੱਚ ਆਪਣੇ ਆਪ ਨੂੰ ਮੇਰੇ ਵੀਰੋ ਜਿਹੜਾ ਟਪਾਉਣਾ ਪੈਂਦਾ ਹੈ ਸੂਰਜ ਵਾਂਗੂ, ਫਿਰ ਕਹਿੰਦੇ ਟੱਪਣਾ ਪੈਂਦਾ, ਫਿਰ ਮਿਹਨਤ ਕਰਨੀ ਪੈਂਦੀ ਹੈ। ਲਓ ਕਬੱਡੀ ਪੈ ਗਈ ਹੈ ਵੱਡੇ ਬਾਈ, ਚੱਕ ਬੈਕ ਛੇੜ ਕਹਾਣੀ। ਲਓ ਸਾਹਮਣੇ ਕਹਿੰਦੇ ਜੰਡਾ ਵਾਲੀਆ ਖੁਸ਼ੀ ਰੇਡ ਪਾ ਰਹੇ ਹੈ, ਜੰਡਾ ਵਾਲੀਆ ਸ਼ੰਟੀ ਤਕੜਾ ਖੇਡਿਆ, ਸ਼ੀਰਾ ਜੰਡਾ ਵਾਲੀਆ ਤਕੜਾ ਖੇਡਿਆ। ਉਹ ਤਿੰਨ ਕੋਣੀ ਦੇ ਲਾਗੇ ਬਠਿੰਡੇ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਹੈ। ਵੱਡੀ ਗੱਲਬਾਤ ਹੈ ਕਬੱਡੀ ਜੱਟ ਦੇ ਵਿੱਚ, ਉਹ ਖੁਸ਼ੀ ਜੰਡਾ ਵਾਲੀਆ ਇੱਕ ਤਕੜਾ ਪਹਾੜੀ ਜਿਹੜਾ ਜੋੜ ਗਿਆ। ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਫਿਰ ਤਿਆਰ ਪਰ ਤਿਆਰ ਹੈ। ਚੱਕ ਰਾਮ ਸਿੰਘ ਵਾਲਾ ਤੇ ਜੰਡਾ ਵਾਲੀ ਦਾ ਦੂਜਾ ਸੈਮੀ ਚੱਲਦਾ ਹੈ, ਜੇਤੂ ਟੀਮ ਦਾ ਫਾਈਨਲ ਕੋਟਲੀ ਕਲਾਂ ਦੇ ਨਾਲ ਖੇਡਿਆ ਜਾਊਗਾ। ਹੁਣ ਤਾਂ ਬਾਈ ਵਿੱਚ ਆਪਣੇ ਕੋਲ ਕੋਈ ਮੈਚ ਵੀ ਨਹੀਂ ਹੈਗਾ, 50 ਦਾ ਫਾਈਨਲ ਵੀ ਹੋ ਚੁੱਕਿਆ ਹੈ। ਕੋਟਲੀ ਕਲਾਂ ਦੇ ਗੱਭਰੂਆਂ ਨੂੰ ਬੇਨਤੀ ਹੈ ਵੀ ਤਿਆਰੀ ਦੇ ਵਿੱਚ ਰਹਿਣ ਫਾਈਨਲ ਮੈਚ ਖੇਡਣ ਦੇ ਵਾਸਤੇ। ਆਓ ਸਾਹਮਣੇ ਮੈਦਾਨ ਦੇ ਵਿੱਚ ਇਹ ਹਰਜੀਤ ਹੈ ਜੰਡਾ ਵਾਲੇ ਪਿੰਡ ਦਾ, ਜਿਹਨੇ ਚੋਟੀ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਹੈ। ਇਹ ਵੀ ਸੋਨੀ ਕਰ ਗੱਲ, ਇੱਕ ਪਾਸੇ ਕਹਿੰਦੇ ਘੁੱਲੇ ਵਰਗੇ ਤੇ ਨਾਲ ਕਹਿੰਦੇ ਸੁੱਖੇ ਵਰਗੇ, ਹੁਣ ਤਿੰਨ ਜਾਹੀ ਚੱਕਾ ਰਾਮ ਚੱਕ ਰਾਮ ਸਿੰਘ ਵਾਲਾ ਪਿੰਡ ਹੈ। ਗੱਲ ਹੋਈ ਹੈ ਕਹਿੰਦੇ ਪੰਜਾਬੀ ਹੁਣਾਂ ਦੀ, ਹਰਪ੍ਰੀਤ ਹੋਣੀ ਮੁੰਨੇ ਹੁਣਾਂ ਦਾ, ਕਹਿੰਦੇ ਕੁਲਦੀਪ ਸਿੰਘ ਹੁਣਾਂ ਦਾ ਪਿੰਡ ਹੈ। ਲਓ ਮਾਈ ਵੀਰ ਭਾਈ ਭਗਤੂ ਦੀ ਯਾਦ ਦੇ ਵਿੱਚ ਕਹਿੰਦੇ ਵੱਡਾ ਖੇਡ ਵੇਲਾ ਹੁੰਦਾ ਹੈ,
ਪਰ ਨਾਜਨ ਨੇ ਰਵੀ ਨੇ ਮੱਥਾ ਟੇਕ ਦਿੱਤਾ। ਹੁਣ ਕਹਿੰਦੇ ਜੰਡਾ ਵਾਲੀਆ ਦੋਵੇਂ ਹੱਥ ਜੋੜੇ ਆ, ਤਿੰਨ ਜਾਫੀ ਤਿਆਰ ਨਾਲ ਤਿਆਰ ਹੈ। ਜਿਹੜਾ ਗੱਭਰੂ ਇਸ ਵੇਲੇ ਲਾ ਤਕੜਾ ਜਫਾ, ਫਿਰ ਬੱਲੇ ਬੱਲੇ ਕਰਵਾ ਪਾਊ ਕਿ ਨਹੀਂ। ਫਲੱਡ ਲਾਈਟਾਂ ਦੇ ਵਿੱਚ ਅੱਜ ਦਾ ਨਜ਼ਾਰਾ ਕਹਿੰਦੇ ਐਨ ਵੱਜਿਆ ਪਿਆ। ਇੱਕ ਪਾਸੇ ਟੱਕਰ ਸਿਰੇ ਦੀ, ਦੂਜੇ ਪਾਸੇ ਖੱਬੇ ਤੇ ਸੱਜੇ। ਪਰ ਮੁੰਡਾ ਕਹਿੰਦੇ ਉਹ ਭੱਜ ਤੁਰਿਆ, ਅੰਕ ਆਪਣੀ ਟੀਮ ਦੇ ਲਈ ਜੋੜ ਗਿਆ, ਅੰਕ ਆਪਣੀ ਟੀਮ ਦੇ ਹਿੱਸੇ ਜੋੜ ਗਿਆ। ਜਿਹੜੇ ਸੰਗਰੂਰ ਵਾਲਾ ਕਬੱਡੀ ਪਾ ਰਿਹਾ ਕਿ ਜਿਹਨਾਂ ਨੂੰ ਤੂੰ ਹਰ ਵੇਲੇ ਦੇਸੀ ਦੇਸੀ ਕਰਦੀ, ਗੜਬੀ ਨਾ ਪੀਂਦੇ ਨੇ ਸ਼ਰਾਬ ਵੇਲੋ ਕਰਦੀ, ਇਹਨਾਂ ਨੇ ਲਵਾਉਣੇ ਤੈਥੋਂ ਤੜਕੇ। ਨਿੱਤ ਹਿੱਤ ਪਾਏਗੀ ਤੰਦੂਰ ਨੇ, ਗੱਲ ਸੁਣ ਲੈ ਨੀ ਚੰਡੀਗੜ੍ਹ ਬਣ ਗਏ, ਸਾਰੇ ਤੇਰੇ ਹੋਣੇ ਸੰਗਰੂਰ ਨੇ। ਗੱਲ ਸੁਣ ਲੈ ਨੀ ਚੰਡੀਗੜ੍ਹ ਬਣ ਗਏ, ਸਾਰੇ ਤੇਰੇ ਹੋਣੇ ਸੰਗਰੂਰ ਨੇ। ਜਿਹੜੇ ਸੰਗਰੂਰ ਦਾ ਬਗੜਾ ਪਿੰਡ ਹੈ ਧੂਰੀ ਦੇ ਲਾਗੇ, ਪੁਆਇੰਟ ਜੰਡਾ ਵਾਲੀ ਦੀ ਟੀਮ ਦਾ ਕੋਟਲੀ ਕਲਾਂ ਗਰਾਊਂਡ ਦੇ ਵਿੱਚ ਆ ਜਾਓ ਜੀ, ਕੋਟਲੀ ਕਲਾਂ, ਕਿਉਂਕਿ ਜੇਤੂ ਟੀਮ ਨੂੰ ਜਿੰਨੇ ਮਿੰਟ ਰੈਸਟ ਚਾਹੀਦੀ ਹੋਊਗੀ ਆਪਾਂ ਗਰਾਊਂਡ ਦੇ ਵਿੱਚ ਹੀ 5-7 ਮਿੰਟ ਜਿਹੜਾ ਰੋਕ ਲਾਂਗੇ। ਪ੍ਰੀਤ ਬੇਨਤੀ ਹੈ ਵੀ ਕੋਟਲੀ ਕਲਾਂ ਦੇ ਗੱਭਰੂ ਗਰਾਊਂਡ ਦੇ ਵਿੱਚ ਆ ਜਾਣਾ। ਲਓ ਸਾਹਮਣੇ ਜੰਡਾ ਵਾਲੇ ਪਿੰਡ ਦਾ ਖੁਸ਼ੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। ਇੱਧਰ ਚੱਕ ਰਾਮ ਸਿੰਘ ਵਾਲੇ ਪਿੰਡ ਦਾ ਗੱਭਰੂ, ਟੱਕਰ ਸਿਰੇ ਦੀ ਹੈ, ਟੱਕਰ ਹੋ ਗਈ ਸ਼ੇਰਾਂ ਦੀ, ਖੜ ਕੇ ਦੇਖੇ ਕੁੱਲ ਜਵਾਨਾਂ, ਆਓ ਕਬੱਡੀ ਕੱਪ ਜੋ ਜਿੱਤਣਗੇ। ਜਿਹਦੇ ਟੌਹੜਿਆਂ ਪੱਟਾਂ ਦੇ ਵਿੱਚ ਜਾਣਾ ਮੇਰੇ ਵੀਰੋ, ਜਿਹਦੇ ਟੌਹੜਿਆਂ ਪੱਟਾਂ ਦੇ ਵਿੱਚ ਜਾਣਾ ਹੈ। ਹੁਣ ਕਹਿੰਦੇ ਰੇਟਿਆਂ ਨੇ ਰੇਟਾਂ ਮੋੜ ਦਿੱਤੀਆਂ, ਗੱਲ ਜੱਫਿਆਂ ਤੇ ਆ ਖੜਦੀ ਹੈ। ਲਓ ਸਾਹਮਣੇ ਚੱਕ ਰਾਮ ਸਿੰਘ ਵਾਲੇ ਪਿੰਡ ਦਾ ਢੁੱਲਾ, ਕਹਿੰਦੇ ਰੇੜ ਪਾਉਂਗਣੀ, ਉੱਚੇ ਲੰਮੇ ਕੱਦ ਦਾ ਖਿਡਾਰੀ ਇਸ ਵੇਲੇ ਵਧਿਆ ਹੋਇਆ। ਦੋ ਚਾਹੀ ਦੋਹਾਂ ਦੇ ਵਿੱਚੋਂ ਕਹਿੰਦੇ ਮਿੰਟਿਆਂ ਵਾਲਾ ਬੁਲਟ, ਇਹ ਵੀ ਸਿਰੇ ਸਿਰੇ ਦੇ ਐਨ ਰੇਟਿਆਂ ਨੂੰ ਵਕਤ ਪਾ ਦਿੰਦਾ, ਇਹ ਵੀ ਕਹਿੰਦੇ ਸਿਰੇ ਸਿਰੇ ਦੇ ਢਾ ਜਾਂਦਾ ਮਿੰਟਿਆਂ ਵਾਲਾ ਬੁਲਟ। ਇੱਕ ਲਾ ਤਕੜਾ ਜਫਾ ਤੇ ਅੰਕ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਝੱਖੜ ਹਨੇਰੀਆਂ ਤੂਫਾਨਾਂ ਵਿੱਚੋਂ ਕੱਢ ਕੇ ਗੁੱਡੀ ਫਿਲੰਬਰੀ ਚੜਾ ਦਿੰਦਾ ਹੈ ਕਿ ਬੰਦਾ ਜਦੋਂ ਰੱਬ ਨਾਲ ਸੱਚਾ ਹੋ ਜਾਏ ਫਿਰ ਮਿਹਨਤਾਂ ਦਾ ਮੁੱਲ ਪਾ ਹੀ ਦਿੰਦਾ ਹੈ। ਬੰਦਾ ਜਦੋਂ ਰੱਬ ਨਾਲ ਸੱਚਾ ਹੋ ਜਾਏ ਫਿਰ ਮਿਹਨਤਾਂ ਦਾ ਮੁੱਲ, ਕਹਿੰਦੇ ਰੱਬ ਪਾ ਹੀ ਦਿੰਦਾ, ਮਿਹਨਤਾਂ ਦਾ ਮੁੱਲ ਰੱਬ ਪਾ ਹੀ ਦਿੰਦਾ ਹੈ, ਮਿਹਨਤਾਂ ਦਾ ਮੁੱਲ ਰੱਬ ਪਾ ਹੀ ਦਿੰਦਾ ਹੈ, ਮਿਹਨਤਾਂ ਦਾ ਮੁੱਲ ਰੱਬ ਪਾ ਹੀ ਦਿੰਦਾ ਹੈ। ਲਓ ਸਾਹਮਣੇ ਕਹਿੰਦੇ ਜੰਡਾ ਵਾਲੀਆ ਖੁਸ਼ੀ ਕਬੱਡੀ ਪਾ ਰਿਹਾ, ਸੈਮੀ ਮੈਚ ਚੱਲਦਾ ਹੈ। ਆਓ ਕਹਿੰਦੇ ਮੇਲਾ ਕੱਲੋ ਪਿੰਡ ਦੇ ਵਿੱਚ ਖੇਡਿਆ ਜਾ ਰਿਹਾ ਹੈ। ਲਓ ਜਾਫੀ ਤਿਆਰ ਬਰ ਤਿਆਰ ਨੇ, ਚੱਕ ਰਾਮ ਸਿੰਘ ਵਾਲੇ ਪਿੰਡ ਦੇ, ਆਹ ਪੁੱਛੋ ਮੰਡੀ ਦਾ ਇਲਾਕਾ ਹੈ, ਦੂਜੇ ਪਾਸੇ ਜੰਡਾ ਵਾਲਾ ਬਿੰਜੂਕਾ ਪਿੰਡ ਹੈ, ਖਿਆਲੀ ਵਾਲਾ ਬਿੰਜੂਕਾ, ਆਹ ਬਠਿੰਡੇ ਜ਼ਿਲ੍ਹੇ ਦੀ ਗੱਲ ਹੁੰਦੀ ਹੈ। ਆਹ ਮਾਂ ਮਿੱਟੀ ਦੀ ਉੜਦੀ ਧੂੜ ਤੇ ਪੁਆਇੰਟ ਜਿਹੜਾ ਸਟਿੱਪਣੀ ਜੰਡਾ ਵਾਲੇ ਦੇ ਹਿੱਸੇ ਜੋੜ ਗਿਆ। ਮੈਚ ਸਮਾਪਤ ਹੋ ਗਿਆ, ਮੈਚ ਕਹਿੰਦੇ ਸਮਾਪਤ ਹੋ ਗਿਆ ਤੇ ਮੁੰਡੇ ਕਹਿੰਦੇ